ਤੇ ਮਿੰਟੂ ਜੀ ਉਧਰਲੇ ਪਾਸੇ ਹੁਣ ਕੈਂਸਰ ਦੀ ਦਵਾਈ ਲੈਣ ਲਈ ਜਾਂਦੇ ਹਸਪਤਾਲਾਂ ਦੇ ਵਿੱਚ ਤਾਂ ਉੱਥੇ ਕਹਿੰਦੇ ਕਿ ਦਵਾਈ ਨਕਲੀ ਨਿਕਲਾਈਗੀ ਹਾਂਜੀ ਦੇਖੋ ਗੱਲ ਕੀ ਹੈ ਕਿ ਇਹ ਬੜਾ ਵੱਡਾ ਮੁੱਦਾ ਹੈ ਤੇ ਜਿਹਦੇ ਵਾਸਤੇ ਸਾਡੇ ਕੋਲ ਸ਼ਾਇਦ ਹੁਣ ਸਮਾਂ ਵੀ ਘਟ ਹੈ ਪਰ ਅਸੀਂ ਉੱਤੇ ਗੱਲ ਜ਼ਰੂਰ ਕਰਾਂਗੇ ਜੀ ਆ ਤੁਸੀਂ ਕੋਈ ਕਮੈਂਟ ਲੈਣਾ ਲੈ ਲਓ ਜੀ ਨਹੀਂ ਕੋਈ ਗੱਲ ਨਹੀਂ ਤੁਸੀਂ ਕਰ ਰਹੇ ਹੋ ਕਰੋ ਮਿੰਟੂ ਜੀ ਹਾਂਜੀ ਮੈਂ ਤੁਹਾਨੂੰ ਉਹਨਾਂ ਦੇ ਨਾਮ ਦੱਸ ਦਿੰਨਾ ਜੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਵਾ ਜੀ ਤਾਂ ਇਹਦੇ ਵਿੱਚ ਇੱਕ ਤਾਂ ਹੈਗੇ ਆ ਡਾਕਟਰ ਐਮਬੀਬੀਐਸ ਸਾਬ ਲਾ ਲਓ ਹੁਣ ਇਹ ਰੈਕર્ડ ਦੇ ਵਿੱਚ ਕੌਣ ਕੌਣ ਨੇ ਆ ਬਸ ਉਦੋਂ ਬਾਅਦ ਕਹਿ ਲੋ ਕਿ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਭਈ ਮੱਕੇ ਉਪਰਾ ਜਾੜ ਹੈ ਨਹੀਂ ਕੁਝ ਵੀ ਖਤਮ ਹੈ ਬਸ ਇਥੇ ਅੱਛਾ ਦਿੱਲੀ ਦੇ ਲਾਗਲਾ ਜਿਹੜਾ ਕਲਾਕਾਰ ਹੈ ਉਹਦੇ ਵਿੱਚ ਇੱਕ ਫੈਕਟਰੀ ਫੜੀ ਗਈ ਹੈ ਜਿਹੜੇ ਦਵਾਈਆਂ ਚ ਸਟੋਰ ਚ ਪਰ ਦਿੰਦੇ ਸਨ ਕੈਪਸੂਲ ਚ ਠੀਕ ਹੈ ਜੀ ਇਹਦੇ ਵਿੱਚ ਇੱਕ ਐਮਬੀਬੀਐਸ ਡਾਕਟਰ ਵੀ ਹੈ ਐਮਬੀਏ ਵੀ ਹੈ ਤੇ ਇੱਕ ਗਾਂ ਇੰਜੀਨੀਅਰ ਵੀ ਹੈ। ਔਰ ਐਡਾ ਤਗੜਾ ਰੈਕਟ ਸੀਗਾ ਮਾਨ ਸਾਹਿਬ ਸੋਨੀਪੱਤ ਦੇ ਲਾਗੇ ਗਨੌਰ ਦੇ ਵਿੱਚ ਇਹਨਾਂ ਨੇ ਇਹ ਫੈਕਟਰੀ ਬਣਾ ਰੱਖੀ ਸੀਗੀ। ਕੈਪਸੂਲ ਦੇ ਵਿੱਚ ਕੈਮੀਕਲ ਦੀ ਜਗ੍ਹਾ ਸਟਾਰਚ ਮੈਂ ਜਿਵੇਂ ਤੁਹਾਨੂੰ ਕਿਹਾ ਤਾਂ ਕਿ ਮਰੀਜ਼ਾਂ ਦੀ ਬੋਡੀ ਤੇ ਕੋਈ ਰਿਐਕਸ਼ਨ ਨਾ ਹੋਵੇ ਪਤਾ ਹੀ ਨਾ ਲੱਗੇ। ਵੇਖੋ ਤਾਂ ਇਹਦੇ ਵਿੱਚ ਇਹਨਾਂ ਨੇ ਕਰੋੜਾਂ ਅਰਬਾਂ ਰੁਪਏ ਛਾਪਿਆ। ਹੁਣ ਤੱਕ ਈਵਨ ਦੋ ਕੇ ਆਨਲਾਈਨ ਵੀ ਵੇਚ ਰਹੇ ਸਨ ਕੈਂਸਰ ਤੱਕ ਦੀ ਦਵਾਈ ਬਣਾ ਕੇ ਇੱਥੋਂ ਅੱਗੇ ਜੇ ਤੁਸੀਂ ਦੇਖੋਗੇ ਤਾਂ ਕਈ ਦੇਸ਼ਾਂ ਨੂੰ ਸਪਲਾਈ ਕਰ ਰਹੇ ਸੀਗੇ ਦੇਖੋ ਐਦੋਂ ਵੱਡੀ ਇਸ ਮੁਲਕ ਦੇ ਵਿੱਚ ਕੋਈ ਬਰਬਾਦੀ ਦੀ ਇਬਾਰਤ ਹੋ ਸਕੇਗੀ ਕਿ ਯਾਰ ਜਿਹਨੂੰ ਕੈਂਸਰ ਹੋ ਗਿਆ ਅਸੀਂ ਨਿੱਕੇ ਨਿੱਕੇ ਹੁੰਦੇ ਨਾ ਉਹ ਤੋਂ ਆਪਣੇ ਪੰਜਾਬ 'ਚ ਨਾ ਵਿਰਲੇ ਟਾਵੇਂ ਨੂੰ ਕਿਸੇ ਨੂੰ ਬਿਮਾਰੀ ਹੁੰਦੀ ਸੀ ਮੈਂ ਆਪਣੀ ਸੰਭਾਲਾ ਚ ਵੇਖਿਆ ਕਿ ਆਪਣੇ ਬਜ਼ੁਰਗ ਨਾਂ ਨਹੀਂ ਸੀ ਲੈਂਦੇ ਹੁੰਦੇ ਕੈਂਸਰ ਦਾ ਬਿਲਕੁਲ ਬਿਲਕੁਲ ਜੀ ਇਹ ਦੂਜੀ ਬਿਮਾਰੀ ਹੋ ਗਈ ਆ ਉਹ ਬਿਮਾਰੀ ਬਿਲਕੁਲ ਅਨਫੋਰਚੂਨੇਟਲੀ ਤੁਹਾਡੇ ਮਾਤਾ ਜੀ ਵੀ ਇਸੇ ਬਿਮਾਰੀ ਦੇ ਚਲਦੇ ਆ ਰੁਕਸਤ ਹੋਏ ਆ ਵਾਇਗਰੋਂ ਨਾਲ ਚਰਨਾਚ ਨਿਵਾਸ ਬਖਸ਼ੇ ਅੱਛਾ ਮਾਨਸਬ ਹੁਣ ਤਾਂ ਕੈਂਸਰ ਆਮ ਹੋ ਗਿਆ ਆਪਣੇ ਪਿੰਡਾਂ ਚ ਆਪਣੇ ਮਾਲਵੇ ਚ ਤੇ ਬਹੁਤ ਜ਼ਿਆਦਾ ਹੈ ਜੀ ਤੇ ਉਸ ਟਾਈਮ ਨਾਮੁਰਾਦ ਬਿਮਾਰੀ ਦਾ ਕੋਈ ਨਾਂ ਨਹੀਂ ਸੀ ਲੈਂਦਾ ਭਾਈ ਯਾਰ ਜਿਹੜਾ ਬੰਦਾ ਇਹੋ ਜੀ ਬਿਮਾਰੀ ਨਾਲ ਪੀੜਤ ਆ ਜੀ ਤੁਸੀਂ ਉਹਨੂੰ ਲੁੱਟ ਰਹੇ ਹੋ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਮੁਰਦਾਰ ਖਾਣਾ ਸ਼ਾਇਦ ਇਹਨਾਂ ਨੂੰ ਹੀ ਕਿਹਾ ਹੈ ਕਿ ਤੁਸੀਂ ਤੇ ਮਰਦਾ ਨੋਚ ਰਹੇ ਹੋ ਯਾਰ ਜੀ ਤੁਸੀਂ ਤੇ ਜਿਹੜਾ ਬੰਦਾ ਇਹੋ ਜੀ ਬਿਮਾਰੀ ਨਾਲ ਪੀੜਤ ਹੈ ਮਾਨ ਸਾਹਿਬ ਮੈਨੂੰ ਦੱਸੋ ਕਿ ਉਹ ਸਾਹ ਹੀ ਚਲਦੇ ਹੋ ਉਦੋਂ ਤੇ ਉਹ ਮਰਿਆ ਹੀ ਪਿਆ ਉਹ ਤੇ ਤੁਸੀਂ ਮਰੇ ਨੂੰ ਨਿਚੋੜ ਰਹੇ ਹੋ ਯਾਰ ਮਰੇ ਨੂੰ ਖਾ ਰਹੇ ਹੋ ਚਰੂੰਡ ਰਹੇ ਹੋ ਤਾਂ ਇਹਦੇ ਵਿੱਚ ਉਹ ਆਪ ਦੱਸ ਰਹੇ ਆ ਕਿ ਭਾਈ ਅਸੀਂ ਕਰੋੜਾਂ ਰੁਪਈਆ ਦਾ ਬਿਜ਼ਨਸ ਹੁਣ ਤੱਕ ਕਰ ਚੁੱਕੇ ਪਤਾ ਹੀ ਨਹੀਂ ਕਿੰਨਾ ਕੁ ਕਰ ਚੁੱਕੇ ਆ ਜੀ ਆਨਲਾਈਨ ਵੀ ਵਿਕਰੀ ਬਾਹਰਲੇ ਮੁਲਕਾਂ ਤੱਕ ਵੀ ਸਪਲਾਈ ਹੁਣ ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਇੱਕ ਅਫਰੀਕੀ ਦੇਸ਼ ਨੂੰ ਇੱਥੋਂ ਦੀ ਇੱਕ ਕੰਪਨੀ ਨੇ ਖੰਗ ਦੀ ਦਵਾਈ ਸਪਲਾਈ ਕੀਤੀ ਤੇ ਉਹਨਾਂ ਦੇ 64% ਬੱਚੇ ਮਾਰ ਦਿੱਤੇ ਮਤਲਬ ਕਿ ਖੰਗ ਦੀ ਦਵਾਈ ਤੋਂ ਕੋਈ ਸਬਕ ਨਹੀਂ ਇੱਥੇ ਕੈਂਸਰ ਤੱਕ ਦੀ ਦਵਾਈ ਜਿਹੜੀ ਆ ਉਹ ਇਸ ਤਰ੍ਹਾਂ ਦੀ ਫਰਜ਼ੀ ਦਵਾਈ ਤਿਆਰ ਕਰਕੇ ਤੁਸੀਂ ਲੋਕਾਂ ਦਾ ਜੀਣਾ ਖੋ ਰਹੇ ਹੋ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਜੀ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਪਰ ਇੱਥੇ ਦੁੱਧ ਤੋਂ ਲੈ ਕੇ ਆ ਦਵਾਈ ਤੱਕ ਦੋਨਾਂ 'ਚ ਹੀ ਦੱਦਾ ਹੁੰਦਾ ਹੈ ਦੁੱਧ ਤੋਂ ਲੈ ਕੇ ਦਵਾਈ ਤੱਕ ਸ਼ੁੱਧ ਦਾ ਕੋਈ ਨਾਮੋ ਨਿਸ਼ਾਨੀ ਹੈ ਨਹੀਂਗਾ ਪਰ ਪਰ ਫਿਰ ਕਹਿ ਦਿੰਦੇ ਕਿ ਸਭ ਅੱਛਾ ਹੈ ਜੀ ਜਦੋਂ ਲੋਕ ਅੱਛਾ ਮਹਿਸੂਸ ਕਰਦੇ ਸਰਕਾਰ ਅੱਛਾ ਮਹਿਸੂਸ ਕਰਦੀ ਹੈ ਤਾਂ ਅਸੀਂ ਕਿਉਂ ਬੈਡ ਫੀਲ ਕਰਵਾਈਏ ਅਸੀਂ ਤੇ ਸਿਰਫ ਇੱਕ ਸੂਚਨਾ ਦਿੰਨੇ ਆ ਕਿ ਆ ਕੋਈ ਚੱਲ ਰਿਹਾ ਤੁਹਾਡੇ ਮੁਲਕ ਦੇ ਵਿੱਚ ਤੁਹਾਨੂੰ ਕੁਝ ਮਹਿਸੂਸ ਹੀ ਨਹੀਂ ਹੁੰਦਾ ਜੀ ਮੋਦੀ ਭਗਤ ਆਪਣੀ ਥਾਂ ਤੇ ਲੱਗੇ ਨੇ ਢੋਲਕੀ ਵਜਾਉਣ ਕੇਜਰੀਵਾਲ ਦੇ ਆਪਣੇ ਨੇ ਫਲਾਣੇ ਦੇ ਆਪਣੇ ਠਮਕਾਣੇ ਤੇ ਆਪੋ ਆਪਣੇ ਰਾਗ ਲਾਪੀ ਜਾ ਰਹੇ ਆ ਪਰ ਇਸ ਮੁਲਕ ਦੇ ਵਿੱਚ ਜ਼ਿੰਦਗੀਆਂ ਕਿਸ ਤਰ੍ਹਾਂ ਨਿਗਲੀਆਂ ਜਾ ਰਹੀਆਂ ਹਨ ਉਹਦੀ ਇਹ ਦਾਸਤਾ ਨੇ ਉਹਦੀ ਕਹਾਣੀ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਤੇ ਇਧਰੋਂ ਜਰਾ ਮੈਂ ਇੱਕ ਦਾ ਕਮੈਂਟ ਖੋਲ ਲੈਣਾ ਮਿੰਟੂ ਜੀ ਜਰਾ ਇੱਕ ਵੀਰ ਦਾ ਸਵਾਲ ਸੀਗਾ ਜੀ ਉਹ ਕਹਿੰਦੇ ਮਿੰਟੂ ਜੀ ਕਿ ਜਿਹੜੀਆਂ ਇਹ ਸ਼ਰਾਬ ਦੇ ਠੇਕੇ ਨੇਗੇ ਖਾਸ ਕਰਕੇ ਵਾਈਨ ਸ਼ਾਪਸ ਇਹ ਕਹਿੰਦੇ ਕਿ ਰੇਟਿੰ ਨੇ ਫਿਕਸ ਜੀ ਜਿੱਥੇ ਕਿਤੇ ਜੇ ਕਿਤੇ ਗੱਲ ਕਰਦੇ ਆ ਜਾ ਕੇ ਬਾਈ ਰੇਟ ਤੁਸੀਂ ਜ਼ਿਆਦਾ ਲਾ ਰਹੇ ਹੋ ਕਹਿੰਦੇ ਜੀ ਲੈਣੀਆਂ ਲਓ ਨਹੀਂ ਲੈਣੀਆਂ ਨਾ ਲਓ ਕਹਿੰਦੇ ਸਰਕਾਰ ਕਰ ਕੀ ਰਹੀ ਹੈ ਕਿ ਦੇਖੋ ਜੇ ਇਹ ਚੀਜ਼ਾਂ ਹੀ ਨਾ ਰੁਕੀਆਂ ਕਿ ਐਮ ਆਰ ਪੀ ਜਾਂ ਮਤਲਬ ਕਿ ਤੈ ਸ਼ੁਦਾ ਕੀਮਤ ਜਿਹੜੀ ਹੈ ਉਦੇ ਤੋਂ ਹੀ ਤੁਸੀਂ ਵੱਧ ਵਿਕਨ ਵਾਲੀ दारू ਨੂੰ ਰੋਕ ਨਾ ਸਕੇ ਤਾਂ ਤੁਹਾਡੀ ਲਿਕਰ ਪਾਲਸੀ ਜਿਹੜੀ ਹੈ ਉਹ ਕਦੇ ਵੀ ਸਾਰਤਕ ਹੋ ਹੀ ਨਹੀਂ ਸਕਦੀ ਤੁਹਾਡੇ ਸਰਕਲਾਂ ਦੇ ਰੇਟ ਜੇ ਠੇਕੇਦਾਰ ਆਪਣੇ ਪੱਧਰ ਦੀ ਤੈਅ ਕਰ ਰਹੇ ਆ ਜਿਵੇਂ ਮੈਂ ਮਿਸਾਲ ਦਿੱਤੀ ਸੀ ਤੁਹਾਨੂੰ ਲੁਧਿਆਣੇ ਦੀ ਤਾਂ ਫਿਰ ਤੁਹਾਡੀ ਲਿਕਰ ਪਾਲਸੀ ਫੇਲ ਹੈ ਫॉर ਦਾ ਟਾਈਮਿੰਗ ਜੀ ਬਖਤੀ ਤੌਰ ਤੇ ਉਹ ਫੇਲ ਹੈ ਜੇ ਇਹ ਮਨਮਰਜ਼ੀਆਂ ਚੱਲਣ ਗਈਆਂ ਕਿ ਫਲਾਣੇ ਠੇਕੇ ਤੋਂ ਹੀ ਛਕਣੀ ਹੈ ਸ਼ਰਾਬ ਫਿਰ ਫੇਲ ਹੈ ਸਾਰਾ ਕੁਝ ਠੀਕ ਹੈ ਰੈਵਨਿਊ ਵਧਿਆ ਘਟਿਆ ਇੱਕ ਵੱਖਰਾ ਵਿਸ਼ਾ ਹੈ ਹਰ ਕਮਲਜੀਤ ਉਹ ਹਰਾਨੇ ਤਾਂ ਚੈਲੰਜ ਕਰ ਦਿੱਤਾ ਆਪਣੀ ਰਿਪੋਰਟ ਦੇ ذریعے ਕਿ ਰੈਵਨਿਊ ਚ ਮਹੀਨ 0.02 ਫੀਸਦ ਵਾਧਾ ਹੋਇਆ ਸ਼ਾਇਦ 0.2 ਫੀਸਦ ਵਾਧਾ ਹੋਇਆ ਇੱਕ ਤੱਕ ਵੀ ਨਹੀਂ ਪਹੁੰਚੀ ਨਾ 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 ਜੀ ਨਾ ਅਜੀਤ ਅਖਵਾ ਅੱਜ ਤੱਕ ਚੈਲੰਜ ਨਹੀਂ ਕੀਤਾ ਚਿਮਨ ਸਾਹਿਬ ਨੇ ਉਹਨਾਂ ਨੇ ਅੰਕੜੇ ਪੇਸ਼ ਕੀਤੇ ਨੇ ਪਿਛਲੇ 6 ਮਹੀਨੇ ਦੇ ਜਿਦੇ ਚ ਉਹਨਾਂ ਨੇ ਦੱਸਿਆ ਕਿ 11000 ਕਰੋੜ ਕਰਜ਼ਾ ਲੈ ਗਏ ਨੇ ਅੱਜ ਤੱਕ ਇਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਉਸ ਖਬਰ ਤੇ ਗੋਲੀ ਕਰਕੇ ਗੋਲ ਕਰਕੇ ਤੇ ਚੁੱਪੀ ਕਰਕੇ ਜਦ ਕਿ ਆਪਣੇ ਭਾਸ਼ਣਾ ਚ ਚੀਮਾ ਸਾਹਿਬ ਨੇ ਅੰਕੜੇ ਜਿਹੜੇ ਕਾਫੀ ਖੁਸ਼ਗਵਾਰ ਦੱਸੇ ਸਨ ਤਾਂ ਬਿਲਕੁਲ ਇਹਨਾਂ ਦੀ ਗੱਲ درست ᱛਿਆ ਕਿ ਜੇ ਇਸ ਤਰ੍ਹਾਂ ਦੀ ਲੁੱਟ ਹੋ ਰਹੀ ਹੈ ਇਸ ਤਰ੍ਹਾਂ ਦੀ ਖਸੂਟ ਹੋ ਰਹੀ ਹੈ ਤਾਂ ਫਿਰ ਲੈ ਕੇ ਫਾਲਸ ਪਾਲਿਸੀ ਹੈ ਜਿਹੜੀ ਉਹਨੂੰ ਰਗੜ ਕੇ ਅਸੀਂ ਗੋਡੇ ਤੇ ਲਾਣਾ ਬਿਲਕੁਲ ਵੈਲਕਮ ਟੂ ਜੀ ਤੇ ਇੱਕ ਇਧਰ ਕਲਵੰਤ ਸਿਮਰ ਜੀ ਕਹਿ ਰਹੇ ਹੈਗੇ ਪੰਜਾਬ ਪੁਲਿਸ ਟੈਕਨੀਕਲ ਕਨਸਟੇਬਲ ਐਂਡ ਐਸਆਈ ਦਾ ਰਿਜ਼ਲਟ ਆਇਆ ਜੀ ਕੱਲ ਤੇ ਕੱਲ ਰਾਤ ਆਇਆ ਜੀ ਸਾਰੇ ਬੱਚਿਆਂ ਨੂੰ ਨੰਬਰ ਨਹੀਂ ਦੱਸਦੇ ਜੀ ਕਿ ਕਿਤਾਬ ਕਿਤੇ ਨੈਪਸੀਲਦਾਰ ਵਾਲੀ ਗੱਲ ਨਾ ਹੋਵੇ ਜੀ ਕਿਨੇ ਬੱਚਿਆਂ ਨਾਲ ਸਰ ਤੁਸੀਂ ਇਦਾਂ ਕਰੋ ਮੈਂ ਕਹਿੰਦਾ ਪੂਰੀ ਜਾਣਕਾਰੀ ਇਹ ਜੋ ਬਹੁਤ ਚਲੋ ਹਾਂ ਜੀ ਅਸੀਂ ਬਾਹੂ ਕੋਈ ਗੱਲ ਨਹੀਂ ਕਰਾਂਗੇ ਕਿਉਂਕਿ ਇਹ ਭਰਤੀ ਨਾਲ ਜੁੜਿਆ ਮਸਲਾ ਹੈ ਤਾਂ ਕਿ ਕੋਈ ਕੋਈ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ ਸਾਡੀ ਕਿਸੇ ਗੱਲ ਦੇ ਨਾਲ ਜਾਂ ਸਾਨੂੰ ਕੱਲ ਫਿਰ ਕਰੈਕਸ਼ਨ ਕਰਨੀ ਪਵੇ ਤਾਂ ਇਸ ਕਰਕੇ ਤੁਸੀਂ ਸਾਰੀ ਡਿਟੇਲ ਭੇਜ ਦਿਓ ਤਾਂ ਅਸੀਂ ਉਹਦੇ ਉੱਤੇ ਥੋੜਾ ਵਰਕਆਊਟ ਕਰ ਸਕੀਏ ਥੋੜਾ ਸਾਨੂੰ ਸਹਿਯੋਗ ਵੀ ਆਇਆ ਗਿੱਲ ਸਾਹਿਬ ਨੂੰ ਜੀ ਜੀ ਉਹਨਾਂ ਉਹਨਾਂ ਨੂੰ ਵੀ ਧੰਨਵਾਦ ਬਿਲਕੁਲ ਬਿਲਕੁਲ ਦੁਬਾਰਾ ਇਹਨਾਂ ਨੇ ਕੀਤਾ ਚਲੋ ਧੰਨਵਾਦ ਸੀ ਕੰਟ੍ਰਿਬਿਊਟ ਕੀਤਾ ਜੀ ਤੇ ਤੁਸੀਂ ਵੀਰ ਇਦਾਂ ਕਰੋ ਜੀ ਕਿ ਕੁਲਵੰਤ ਜੀ ਕੇ ਸਾਰੀ ਜਾਣਕਾਰੀ ਜਿਹੜੀ ਉਹ ਚਾਹੇ ਫੇਸਬੁੱਕ ਤੇ ਤਿੰਨ ਬਾਕਸ ਕਰ ਦਿਓ ਈਮੇਲ ਕਰਦੇ ਹੋ WhatsApp ਕਰਦੇ ਹੋ ਜਿੱਦਾਂ ਵੀ ਤੁਸੀਂ ਕੰਫਰਟੇਬਲ ਹੋ ਓਦਾਂ ਭੇਜ ਦਿਓ ਤੇ ਉਦੇ ਤੇ ਫੇਰ ਮੈਂ ਕੱਲ ਨੂੰ ਮਿੰਟੂ ਜੀ ਤੋਂ ਟਿੱਪਣੀ ਲੈ ਲਵਾਂਗਾ ਤੇ ਇਧਰੋਂ ਸ਼ਰਾਬ ਦੇ ਠੇਕੇ ਇੱਕ ਮਿੰਟ ਵਿੱਚ ਜ਼ਿਆਦਾ ਵੀ ਹੋ ਸਕਦੇ ਆ ਜੀ ਕਹਿੰਦੇ ਕਿ ਸਿਮਰਜੀਤ ਕੁਲਰੀਆ ਪੁੱਛ ਰਿਹਾ ਮਿੰਟੂ ਜੀ ਨਹੀਂ ਆਬਾਦੀ ਦੇ ਹਿਸਾਬ ਨਾਲ ਹੋ ਸਕਦੇ ਆ ਜੀ ਸ਼ਾਇਦ ਹੋ ਸਕਦੇ ਆ ਕਈ ਪਿੰਡ ਵੀ ਬਹੁਤ ਵੱਡੇ ਆ ਨਾ ਬ੍ਰਾਂਚਸ ਹੋ ਸਕਦੀਆਂ ਨੇ ਬਾਕੀ ਐਕਟ ਦੇ ਵਿੱਚ ਪਤਾ ਨਹੀਂ ਪ੍ਰਬੰਧ ਹੈ ਕਿ ਨਹੀਂ ਹੈ ਇਹਦੇ ਬਾਰੇ ਤਾਂ ਕਿਸੇ ਤੋਂ ਪੁੱਛਣਾ ਪਵੇਗਾ ਪਰ ਹੋ ਸਕਦਾ ਕਿ ਵੱਡਾ ਕੋਈ ਕਸਬਾ ਤਾਂ ਉੱਥੇ ਤੇ ਇੱਕ ਤੋਂ ਵਧੇਰੇ ਹੋ ਸਕਦਾ ਜੀ ਜੀ ਪਰ ਆਮ ਤੌਰ ਤੇ ਇੱਕ ਹੀ ਦੇਖਦੇ ਆਪਾਂ ਪਿੰਡਾਂ ਦੇ ਵਿੱਚ ਮਾਨਸਾ ਸੇਲ ਦੇ ਹਿਸਾਬ ਨਾਲ ਤੇ ਇੱਕ ਹੀ ਔਰ ਹੁਣਾ ਵੀ ਮੋਸਤ ਤੇ ਇੱਕ ਹੀ ਹੁੰਦਾਗਾ ਜ਼ਿਆਦਾਤਰ ਉਹ ਵੀ ਪਿੰਡ ਚੋਂ ਬਾਹਰ ਕੱਢਣ ਨੂੰ ਲੈ ਕੇ ਤੁਹਾਨੂੰ ਪਤਾ ਸਾਡੇ ਪਿੰਡ ਇੱਕ ਰੀ ਛੋਟੇ ਹੁੰਦੇ ਅਸੀਂ ਦੇਖਿਆ ਸੀਗਾ ਕਿ ਚਾਰ ਪੰਜ ਬਰਾਂਚਾਂ ਹੀ ਲਾ ਦਿੱਤੀਆਂ ਸੀ ਹਰ ਇੱਕ ਬੰਦਾ ਹੀ ਰਖੀ ਫਿਰਦਾ ਹੁੰਦਾ ਸੀ ਤੇ ਛੋਟਾ ਹੁੰਦਾ ਅਸੀਂ ਦੇਖਦੇ ਹੁੰਦੇ ਸੀ ਹਾਂਜੀ ਉਹ ਪੇਟੀ ਜੀ ਰੱਖ ਜਾਂਦੇ ਸੀ ਤੇ ਬੱਸ ਤੇ ਉਹ ਵਿਟਦੇ ਰਹਿ ਜਾਂਦੇ ਸੀ ਕਹਿੰਦੇ ਪੇਟੀ ਪੂਠੀ ਜੀ ਕੁਝ ਵੀ ਨਹੀਂ ਹੈ ਲੋਕ ਆਪਦੀ ਬਣਾ ਕੇ ਪੀ ਲੈਂਦੇ ਜੀ 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 ਬਿਲਕੁਲ 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 ਜੀ